ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਸ਼ਿਵਮ ਓਰੀ ਦੀ ਅਗਵਾਈ ਦੇ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਤੋਂ ਪਹਿਲਾਂ ਸਾਰਿਆਂ ਨੇ ਸ਼ਹੀਦ ਭਗਤ ਸਿੰਘ ਚੌਂਕ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਪ੍ਰੀਤ ਗੋਪੀ ਦੀ ਰਿਪੋਰਟ। ਸਰ, ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ। ਅੱਜ ਦਾ ਇਹ ਸ਼ਹੀਦੀ ਦਿਵਸ ਦਾ ਮੌਕਾ 23 ਮਾਰਚ, ਜੋ ਕਿ ਸਾਰਿਆਂ ਨੂੰ ਭਾਂਤੀ ਜਾਣਦੇ ਆ, ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਹੁਸ਼ਿਆਰਪੁਰ ਵੱਲੋਂ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ, ਜੋ ਕਿ ਸ਼ਹੀਦਾਂ ਨੂੰ ਸਮਰਪਿਤ ਹੈ। ਇਹ ਬਾਈਕ ਰੈਲੀ ਊਧਮ ਸਿੰਘ ਪਾਰਕ ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਜਾਏਗੀ, ਜਿਹਨੂੰ ਆਪਾਂ ਜੇਲ੍ਹ ਚੌਂਕ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਸਾਡੇ ਪੰਜਾਬ ਦੇ ਮਹਾਮੰਤਰੀ ਯੁਵਾ ਮੋਰਚਾ ਸ਼੍ਰੀ ਅਭਾਸ ਸ਼ਾਕਰ ਜੀ ਵੀ ਪਹੁੰਚੇ ਨੇ, ਅਤੇ ਸਾਡੇ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਭਾਰੀ ਸ਼੍ਰੀ ਰਮਨ ਖਈ ਜੀ ਵੀ ਪਹੁੰਚੇ ਨੇ। ਬਾਕੀ ਸਾਰੇ ਨੌਜਵਾਨ ਸਾਥੀਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਜੈ ਸ਼੍ਰੀ ਰਾਮ। ਅੱਜ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਹੁਸ਼ਿਆਰਪੁਰ ਵੱਲੋਂ ਭਗਤ ਸਿੰਘ ਜੀ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ, ਜੋ ਕਿ ਊਧਮ ਸਿੰਘ ਪਾਰਕ ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਆਪਣੇ ਫਗਵਾੜਾ ਚੌਂਕ, ਘੰਟਾਘਰ ਚੌਂਕ, ਸੈਸ਼ਨ ਚੌਂਕ ਹੁੰਦੇ ਹੋਏ, ਵੱਖ ਵੱਖ ਮੇਨ ਬਾਜ਼ਾਰਾਂ 'ਚ ਹੁੰਦੇ ਹੋਏ, ਭਗਤ ਸਿੰਘ ਜੀ ਚੌਂਕ ਜਿਹਨੂੰ ਜੇਲ੍ਹ ਚੌਂਕ ਵੀ ਕਹਿੰਦੇ, ਉੱਥੇ ਸਮਾਪਨ ਹੋਊਗਾ। ਅੱਜ ਦਾ ਜੋ ਮੋਦੀ ਜੀ ਦਾ ਸੰਦੇਸ਼ ਹੈ, ਯੂਥ ਦੇਸ਼ ਦੀ ਤਾਕਤ ਹੈ ਔਰ ਹਿੰਦੁਸਤਾਨ ਨੌਜਵਾਨਾਂ ਦਾ ਦੇਸ਼ ਹੈ, ਔਰ ਯੂਥ ਆਪਣੀ ਵਿਰਾਸਤ ਨਾਲ ਜੁੜਿਆ ਰਹੇ, ਯੂਥ ਆਪਣੇ ਦੇਸ਼ ਦੀ ਤਰੱਕੀ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਵੇ। ਔਰ ਯੁਵਾ ਮੋਰਚਾ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਵੀ ਇਹੀ ਉਪਰਾਲਾ ਆ ਕਿ ਯੂਥ ਨੂੰ ਸ਼ਹੀਦਾਂ ਦੀ ਸ਼ਹਾਦਤ ਦੇ ਬਾਰੇ ਪੂਰੀ ਜਾਣਕਾਰੀ ਹਮੇਸ਼ਾ ਟਾਈਮ ਟੂ ਟਾਈਮ ਮਿਲਦੀ ਰਹੇ, ਤਾਂ ਜੋ ਮਾੜੀਆਂ ਕ੍ਰਿਤੀਆਂ ਤੋਂ ਬਚ ਕੇ ਦੇਸ਼ ਦੀ ਉੱਨਤੀ, ਤਰੱਕੀ ਅਤੇ ਦੇਸ਼ ਭਗਤੀ ਲਈ ਆਪਣੇ ਸਮਰਪਿਤ ਹੋ ਕੇ ਦੇਸ਼ ਨੂੰ ਅੱਗੇ ਲਿਜਾਣ ਲਈ ਆਪਣਾ ਯੋਗਦਾਨ ਦੇ ਸਕਣ। ਇਹ ਰੈਲੀ ਜਿਹੜੀ ਹੈ ਉਹ ਬੇਸਿਕਲੀ ਅੱਜ ਜਿਹੜਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀਗੀ, ਅੱਜ ਤਾਂ ਉਹਨਾਂ ਦਾ ਬਲੀਦਾਨ ਦਿਵਸ ਮਨਾਇਆ ਜਾ ਰਿਹਾ 23 ਤਰੀਕ ਨੂੰ। ਔਰ ਯੁਵਾ ਮੋਰਚਾ ਜਿਹੜਾ ਪੰਜਾਬ ਦੇ ਵਿੱਚ ਹੈ, ਯੂਥ BJP, ਉਹ ਹਰ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਅੱਜ ਦੇ ਦਿਨ ਬਾਈਕ ਰੈਲੀਆਂ, ਖੂਨਦਾਨ ਦਾ ਕੈਂਪ, ਸਫਾਈ ਅਤੇ ਪੁਸ਼ਪਾਂਜਲੀ, ਸ਼ਰਧਾਂਜਲੀ, ਇੱਦਾਂ ਦੇ ਕਾਰਜਕ੍ਰਮ ਕਰਾ ਰਿਹਾ। ਔਰ ਸਾਡਾ ਇਹੀ ਮੋਟਿਵ ਹੈ ਕਿ ਜਿਹੜਾ ਯੂਥ ਹੈ ਉਹ ਵੱਧ ਤੋਂ ਵੱਧ ਇਹਨਾਂ ਕੰਮਾਂ ਨਾਲ ਜੁੜਨਾ ਚਾਹੀਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ, ਉਹਨਾਂ ਨੇ ਕਿੰਨੇ ਬਲੀਦਾਨ ਦਿੱਤੇ, ਉਹਨਾਂ ਦੇ ਪਰਿਵਾਰ ਕਿਹਨਾਂ ਦੇ ਜਿਹੜੇ ਹੈ ਆਪਣੇ ਔਖੇ ਰਾਹਾਂ 'ਤੇ ਤੁਰ ਕੇ ਉਹਨਾਂ ਨੇ ਆਪਣੇ ਪੁੱਤਾਂ ਨੂੰ ਵਾਰਿਆ। ਅਤੇ ਸਾਡਾ ਇਹੀ ਹੈ ਕਿ ਭਾਰਤੀ ਜਨਤਾ ਯੁਵਾ ਮੋਰਚਾ ਜਿਹੜਾ ਹੈ ਉਹ ਇਸ ਮੁਹਿੰਮ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈਂਦਾ, ਔਰ ਸਾਡੇ ਜਿਹੜੇ ਅਧਿਅਕਸ਼ ਨੇ ਸੁਨੀਲ ਜਾਖੜ ਜੀ, ਔਰ ਸਾਡੇ ਜਿਹੜੇ ਆਪਣੇ ਮਹਾਂਮੰਤਰੀ ਨੇ ਔਰ ਸਾਡੇ ਪ੍ਰਭਾਰੀ ਨੇ ਪਰਮਿੰਦਰ ਸਿੰਘ ਬਰਾੜ ਜੀ, ਉਹਨਾਂ ਵੱਲੋਂ ਵੀ ਇਹੀ ਹੁਕਮ ਹੈ ਸਾਨੂੰ ਕਿ ਜਿੰਨੇ ਵੀ ਯੂਥ ਤੁਸੀਂ ਇਸ ਮੁਹਿੰਮ ਨਾਲ ਜੋੜ ਸਕਦੇ ਹੋ, ਵੱਧ ਤੋਂ ਵੱਧ ਉਹਨੂੰ ਜੋੜਨਾ ਚਾਹੀਦਾ, ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਪਤਾ ਚੱਲੇ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੈ ਉਹਦਾ ਮੁੱਲ ਕੀ ਹੈ, ਔਰ ਉਹਨਾਂ ਦੇ ਬੇਸ 'ਤੇ ਹੀ ਉਹਨਾਂ ਦੀ ਫਾਊਂਡੇਸ਼ਨ ਦੇ ਨਾਲ ਹੀ ਦੇਸ਼ ਇੱਥੇ ਤੱਕ ਅਜੇ ਤੱਕ ਪਹੁੰਚਿਆ। ਹਮਾਰੇ ਨਏ ਕੈਂਪਸ ਡ੍ਰੀਮ ਸਕੂਲ ਐਂਡ ਕੋਚਿੰਗ ਇੰਸਟੀਟਿਊਟ ਮੇਂ ਸਵਾਗਤ ਕਰਤਾ ਹੂੰ। ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਹਮਾਰੇ ਇੰਸਟੀਟਿਊਟ ਮੇਂ ਕਲਾਸਿਸ 5th to 12th ਬੋਥ ਸਕੂਲਿੰਗ ਐਂਡ ਕੋਚਿੰਗ
कि एडमिशन ओपन हो चुकी है। जो स्टूडेंट्स हमारे कोचिंग इंस्टीट्यूट में बोथ स्कूलिंग एंड कोचिंग फैसिलिटी को लेंगे, उनको कोई भी एक्स्ट्रा ट्यूशन या कोचिंग लेने की जरूरत नहीं पड़ेगी। उनका समय और उनका पैसा दोनों हमारे साथ एडमिशन लेने पे बच सकता है।